ਬਸੇਰਾ ਜੋ ਕਿਸੇ ਸਮੇਂ ਬੇਘਰ ਲੋਕਾਂ ਦਾ ਸਹਾਰਾ ਬਣਿਆ ਸੀ, ਹੁਣ ਇਹ ਆਪ ਬੇਸਹਾਰਾ ਬਣ ਗਿਆ ਹੈ। ਸਾਲ 2010 ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਾਨ ਸਿੰਘ ਪੰਨੂ ਵੱਲੋਂ ਬੇਘਰ ਲੋਕਾਂ ਵਾਸਤੇ ਰਹਿਣ ਬਸੇਰਾ ਸ਼ੁਰੂ ਕੀਤਾ ਗਿਆ ਸੀ, ਜਿੱਥੇ ਉਹਨਾਂ ਲੋਕਾਂ ਨੂੰ ਫ੍ਰੀ ਖਾਣਾ ਤੇ ਕੱਪੜਾ ਦਿੱਤਾ ਜਾਂਦਾ ਸੀ। ਉਸ ਸਮੇਂ ਸ਼ਹਿਰ ਦੇ ਧਾਰਮਿਕ ਅਸਥਾਨ, ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਆਦਿ ਕਈ ਥਾਵਾਂ ਤੇ ਲੋਕ ਮੰਗਤੇ ਦੇ ਭੇਸ ਵਿੱਚ ਲੁੱਟਾ ਖੋਹਾਂ ਕਰਦੇ ਸਨ। ਇਹਨਾਂ ਵਿੱਚੋਂ ਕਈ ਲੋਕ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦੇ ਹਨ। ਸਰਕਾਰ ਵੱਲੋਂ ਸ਼ਹਿਰ ਵਿੱਚ ਹੋ ਰਹੀਆਂ ਲੁੱਟਾ ਖੋਹਾਂ ਨੂੰ ਰੋਕਣ ਲਈ ਟੀਮਾਂ ਵੀ ਬਣਾਈਆਂ ਗਈਆਂ ਸਨ। ਇਹ ਟੀਮਾਂ ਦੇਰ ਰਾਤ ਨੂੰ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਬੈਠਣ ਵਾਲੇ ਮੰਗਤਿਆਂ ਨੂੰ ਫੜ ਕੇ ਰਹਿਣ ਬਸੇਰਾ ਵਿੱਚ ਲੈ ਕੇ ਆਉਂਦੀਆਂ ਅਤੇ ਇਹਨਾਂ ਲੋਕਾਂ ਕੋਲੋਂ ਪੁੱਛਗਿੱਛ ਕਰਦੀਆਂ। ਨਿਊਜ਼ ਨੰਬਰ ਦੀ ਟੀਮ ਵੱਲੋਂ ਅੱਜ ਰਹਿਣ ਬਸੇਰਾ ਵਿਖੇ ਕੈਮਰੇ ਦੀ ਨਜ਼ਰਾਂ ਨਾਲ ਦੇਖਿਆ ਗਿਆ ਤਾਂ ਉੱਥੇ ਬੁਰੇ ਹਾਲ ਸਨ। ਇਸ ਦੌਰਾਨ ਜਦ ਰਹਿਣ ਬਸੇਰਾ ਵਿੱਚ ਰਹਿ ਰਹੇ ਮੰਤਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਸਨ। ਉੱਥੇ ਹੀ ਜਦ ਰਹਿਣ ਬਸੇਰਾ ਦੇ ਇੰਚਾਰਜ ਧਰਮ ਨਾਲ ਗੱਲਬਾਤ ਕੀਤੀ ਗਈ ਤਾਂ ਉਸਦਾ ਕਹਿਣਾ ਸੀ ਕਿ ਇਸ ਜਗ੍ਹਾ ਤੇ ਕਾਫੀ ਖਾਮੀਆਂ ਸਨ ਅਤੇ ਉੱਚ ਅਧਿਕਾਰੀਆਂ ਨੂੰ ਇਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਖਾਣ ਪੀਣ ਨੂੰ ਰੋਟੀ ਪਾਣੀ ਦਿੰਦੇ ਆ ਤੇ ਕਿਹਾ ਸੀ ਵੀ ਛੁੱਟੀ ਛਾਟੀ ਦੋ ਜਾਣਾ ਹੈਗਾ ਤੇ ਕਹਿੰਦੇ ਕੋਈ ਨੀ ਚਲੇ ਜਾ, ਜਦੋਂ ਜਾਣਾ ਚਲੇ ਜਾਓ ਆ ਵੀ ਜਾਓ। ਹਾਂ ਮੈਂ ਆਪਣਾ ਜਾਣ ਦੂਰ ਰੱਖੀ ਗਏ ਸਨ ਆਪਣੇ ਘਰ ਦੇ ਗੁਜ਼ਰ ਕੇ ਜਾ, ਮਾਤਾ ਪਿਤਾ ਗੁਜ਼ਰ ਕੇ ਜਾ, ਭੈਣ ਰਾਜਸਥਾਨ ਰਹਿੰਦੀ ਦਾ ਵਿਆਹ ਰਾਜਸਥਾਨ, ਮੈਂ ਆਪਣਾ ਆਪ ਹੁਣ ਜਾਵਾਂਗਾ ਥੱਲੇ ਇੱਧਰ ਇੱਧਰ ਪਛਾਣ। ਮੈਂ ਧਰਮਪਾਲ ਰਹਿਣ ਬਸੇਰਾ ਵਿੱਚ ਇੱਕ ਇੰਚਾਰਜ ਦੇ ਤੌਰ 'ਤੇ ਕੰਮ ਕਰ ਰਿਹਾ। ਰਹਿਣ ਬਸੇਰੇ ਵਿੱਚ ਸਰਦਾਰ ਕਾਨ ਸਿੰਘ ਪੰਨੂ ਨੇ ਡਿਪਟੀ ਕਮਿਸ਼ਨਰ ਫਰਵਰੀ 2010 ਤੋਂ ਚਲਾਇਆ ਸੀ, ਜਿਹਦੇ ਤਹਿਤ ਜਿਹੜੇ ਗੰਦੇ ਬੰਦੇ ਵਿਚਾਰੇ ਲਵਾਰਸ ਭਖਾਰੀ ਰਹਿੰਦੇ ਹਨ। ਹੁਣ ਕੁਝ ਸਮੇਂ ਤੋਂ ਸਾਨੂੰ ਤਕਰੀਬਨ ਇੱਕ ਮਹੀਨੇ ਤੋਂ ਇਹ ਸਮੱਸਿਆ ਆ ਰਹੀ ਹੈ ਕਿ ਇੱਥੇ ਮੋਟਰ ਜਿਹੜੀ ਪਾਣੀ ਵਾਲੀ ਆ ਉਹ ਖਰਾਬ ਹੈ, ਅਜੇ ਤੱਕ ਉਹਦਾ ਕੋਈ ਹੱਲ ਨਹੀਂ ਕੱਢਿਆ ਗਿਆ। ਨਾਲ ਹੀ ਸਾਨੂੰ ਦੂਸਰੀ ਸਮੱਸਿਆ ਇਹ ਆ ਕਿ ਇੱਥੇ ਕੋਈ ਸਫਾਈ ਕਰਮਚਾਰੀ ਪੱਕਾ ਨਹੀਂ ਲਾਇਆ ਗਿਆ, ਜਿਹਦੇ ਕਰਕੇ ਇੱਥੇ ਬਹੁਤ ਮਾੜਾ ਹਾਲ ਆ। ਤੀਜਾ ਸਾਡਾ ਸਵਾਲ ਇਹ ਆ ਕਿ ਮਤਲਬ ਕਿ ਜਿਹੜੇ ਭਖਾਰੀ ਵਿਚਾਰੇ ਕੋਈ ਮੈਂਟਲੀ ਅਪਸੈਟ ਆ, ਕੋਈ ਬਿਮਾਰ ਆ, ਕੋਈ ਕਿਸ ਤਰ੍ਹਾਂ ਆ, ਵੱਖ ਵੱਖ ਤਰ੍ਹਾਂ ਦੀਆਂ ਬਿਮਾਰੀਆਂ ਲੱਗੀਆਂ ਨੇ, ਉਹਨਾਂ ਨੂੰ ਕਮ ਸੇ ਕਮ 15 ਦਿਨਾਂ ਦੇ ਬਾਅਦ ਹੀ ਡਾਕਟਰ ਆਪਣੀ ਇੱਥੇ ਵਿਜ਼ਿਟ ਕਰੇ, ਉਹਨਾਂ ਨੂੰ ਦੇਖੇ, ਉਹਨਾਂ ਦੀ ਜੋ ਵੀ ਮਤਲਬ ਕਿ ਸਲਾਹ ਦਿੰਦਾ ਉਹਦੇ ਮੁਤਾਬਕ ਉਹਨੂੰ ਦਵਾਈ ਦਿੱਤੀ ਜਾਏ, ਉਹਨਾਂ ਦਾ ਇਲਾਜ ਹੋ ਸਕੇ। ਲੇਕਿਨ ਪ੍ਰਸ਼ਾਸਨ ਨੂੰ ਥੋੜ੍ਹਾ ਜਿਹਾ ਇਹਦੇ ਵੱਲ ਧਿਆਨ ਦੇਣ ਦੀ ਲੋੜ ਆ। ਮੈਂ ਧਰਮਪਾਲ ਵੱਲੋਂ ਬੇਨਤੀ ਕਰਦਾ ਹਾਂ ਕਿ ਜਲਦੀ ਦੀ ਜਲਦੀ ਇਹਦਾ ਸੁਧਾਰ ਕੀਤਾ ਜਾਵੇ। ਕਿੰਨੇ ਕੁ ਬੈਗ ਹੈਗੇ ਇਸ ਟਾਈਮ? ਇਸ ਵੇਲੇ ਕੋਈ 12 ਕੁ ਬੈਗ ਹੈ ਨੇ।